ਸਾਥ ਹੋਣੀ ਚਾਹੀਦੀ ਹੈ, ਕੰਮ ਕਰਨਾ ਆਉਣਾ ਚਾਹੀਦਾ। ਕੈਪਟਨ ਸਾਹਿਬ ਨੇ ਪੂਰੀ ਜ਼ਿੰਦਗੀ ਕਿਰਪੀਆਂ ਨੂੰ ਕੰਮ ਸਫਲ ਹੋਏ, ਕੋਈ ਕਾਰੋਬਾਰ ਨਹੀਂ ਕੀਤਾ, ਇਹਨਾਂ ਚੁਣੌਤੀ ਆਉਂਦੀ ਨਹੀਂ ਕੋਈ ਸਰਕਾਰ। ਆਹ ਤਾਂ ਉਹੀ ਗੱਲ ਹੈ ਜਿਵੇਂ ਕੋਈ ਨਵੇਂ ਟਰੈਕਟਰ 'ਚ ਕੋਈ ਨਾਲੀ ਉਠਾ ਦਈਏ ਕੈਪਟਨ ਸਾਹਿਬ ਵਰਗਾ, ਔਰ ਮੋੜੀ ਟੱਪਣਾ ਪਹਿਲੇ ਮਨ ਕਰ ਦੇ। ਪਟਿਆਲੇ ਤੋਂ ਬਠਿੰਡੇ ਜਾਣਾ ਹੋ, ਮੈਨੂੰ ਪਤਾ ਹੀ ਲੱਗਦਾ ਕਿ ਬਰਨਾਲਾ ਬਰਨਾਲਾ ਕਿਦੋਂ ਟੱਪਿਆ, ਬਠਿੰਡਾ ਆਇਆ ਦਿਖਦਾ ਜੀ, ਨਾਲ ਹੀ ਹੈ। ਮੈਂ ਤਾਂ 5 ਸਾਲ ਬਾਅਦ ਰਿਟਾਇਰ ਹੋਣਾ ਸੀ, ਪਰ ਹੁਣ ਹਾਲਾਤ ਇਹ ਹੈ ਕਿ ਮੈਂ ਹੁਣ 10 ਸਾਲ ਵਾਸਤੇ ਬਾਅਦ ਰਿਟਾਇਰ ਹੋਊਂਗਾ। ਅੱਜ ਉਹਨੇ ਕਹਿ ਦਿੱਤਾ ਕਿ ਮੈਂ ਅਗਲਾ ਇਲੈਕਸ਼ਨ ਨਹੀਂ ਲੜੂੰਗਾ। ਸਸਕਾਰ ਕਰਕੇ ਜਾਣਗੇ ਕੈਪਟਨ ਸਾਹਿਬ। ਮੈਂ ਪੂਰੇ ਪੰਜਾਬ ਚ ਘੁੰਮਦਾ, ਲੋਕਾਂ ਦੇ ਮਨ ਚ ਇੱਕ ਨਫ਼ਰਤ ਦੀ ਬਣੀ ਜਾਂਦੀ ਹੈ ਸਰਕਾਰ ਦੇ ਖਿਲਾਫ਼। ਮੈਂ ਉਹਨਾਂ ਨੂੰ ਪੁੱਛਿਆ ਸੀ ਸੈਕਟਰੀ ਜਿਹੜਾ, ਮੈਂ ਕਿਹਾ ਪੈਨਸ਼ਨ ਕਦੋਂ ਤੱਕ ਦੇਣਗੇ? ਉਹ ਕਹਿੰਦੇ ਵੀ ਹਲੇ ਤੱਕ ਥੋੜੀ ਦਿੱਤੀ ਪੈਨਸ਼ਨ ਹੈ, ਨਵੀਂ ਸਰਕਾਰ ਨੇ ਅੱਜ ਤੱਕ ਦਿੱਤੀ ਨਾ, ਸ਼ਗਨ ਦਿੱਤੇ ਹੈ। ਇੱਕ ਕੰਮ ਵੱਢੀ ਬੈਠੇ ਹੈ, ਕਹਿੰਦਾ ਸਰਪੰਚਾਂ ਨੂੰ ਡਰਾਓ, ਲੀਡਰਾਂ ਨੂੰ ਡਰਾਓ, ਅਕਾਲੀ ਦਲ ਕੋਈ ਮਾਮੂਲੀ ਪਾਰਟੀ ਨਹੀਂ ਹੈ, ਇੱਕ ਡਰ ਜਾਂਗੇ। ਆਹ ਇਹ ਅਫਸਰਾਂ ਨੂੰ ਮੈਂ ਕਹਿਣਾ ਚਾਹੁੰਦਾ, ਪਤਾ ਹੀ ਨਹੀਂ ਲੱਗਦਾ ਸਾਲ ਤਾਂ ਟੱਪ ਗਿਆ, ਇੱਕ ਸਾਲ ਪਹਿਲੇ ਕੰਮ ਮਿਲੇ ਹਾਲਾਤ ਬਣ ਜਾਂਦੇ ਹੁੰਦੇ ਇਲੈਕਸ਼ਨ ਇਲੈਕਸ਼ਨ ਦੇ, ਹੁਣ ਤਾਂ 1.5-2 ਕੁ ਰਹਿ ਗਏ, ਕਿੱਧਰ ਜਾਣਗੇ ਭੱਜ ਗਏ। ਜਿਹੜਾ ਇੱਥੇ ਕੋਈ ਵੀਡੀਓ ਪਤਾ ਡੀਡੀ ਲਗਾ ਦੇਣਾ ਜੀ, ਉਹ ਇੰਨੇ ਲੁੱਟਣ ਤੇ ਲੱਗਿਆ। ਅੱਛਾ ਇੱਕ ਹੋਰ ਕੰਮ ਪੜਿਆ ਕਾਂਗਰਸੀ ਨੇ, ਜਿੰਨੇ MLA ਲੀਡਰ ਹੁਣ ਤਾਂ ਲੁੱਟਣ ਤੇ ਲੱਗੇ, ਭਾਵੇਂ 500 ਦੇ ਦੋ, ਭਾਵੇਂ 5000 ਦੇ ਦੋ, 5 ਲੱਖ ਦੇ ਦੋ, ਜੋ ਆਏ ਰਾਜੀ ਹੈ, ਉਹ ਕਿਸੇ ਨਾਲ ਨਹੀਂ ਕਰਦੇ। ਜਿਹੜਾ ਕੰਮ ਹੋ ਗਿਆ ਤਾਂ ਹੁਣ ਮੈਨੂੰ ਮੈਂ ਲੱਗਦਾ ਰੇੜੀਆਂ ਦੇ ਖੇਕੇ ਤੇ ਵੀ ਆ ਗਏ, ਜਿਹੜਾ ਸੈਸ਼ਨ ਕੋਰਟ ਫਾਰਮ ਕਰ ਗੈਂਗ ਨੂੰ 20 ਸਾਲ ਕੈਦ ਕੀਤੀ ਸੀ, ਤੇ ਸੈਸ਼ਨ ਕੋਰਟ ਨੇ ਕਿਹਾ ਕਿ ਗੈਂਗ ਦਾ ਕਿੰਗ ਪਿੰਗ ਖਹਿਰਾ ਜਿਹੜਾ ਆਮ ਆਦਮੀ ਪਾਰਟੀ ਲੀਡਰ, ਖਹਿਰਾ ਹਾਈਕੋਰਟ ਗਿਆ, ਹਾਈਕੋਰਟ ਨੇ ਅੱਜ ਫਿਰ ਤੋਂ ਫੈਸਲਾ ਦਿੱਤਾ ਹੁਣ 10 ਵਜੇ ਕਿ ਜੋ ਸੈਸ਼ਨ ਕੋਰਟ ਨੇ ਕਿਹਾ ਉਹ ਸਹੀ ਹੈ, ਖਹਿਰਾ ਨੂੰ ਉੱਥੇ ਪੇਸ਼ ਹੋਣਾ ਚਾਹੀਦਾ, ਪੇਸ਼ ਕਰਾਓ ਡਰੱਗ ਦਾ ਕਿਰਪੇ ਆਪਣੇ ਦਖਲਾ ਤੋਂ ਝੂਠੇ ਠੱਗ ਇਕੱਠੇ ਹੋ ਗਏ ਝੂਠ ਬੋਲਣ ਤੇ। ਉਹਨਾਂ ਨੇ ਇੱਕ ਸੋਚ ਲਿਆ ਕਿ ਜਿੰਨਾ ਮਰਜ਼ੀ ਝੂਠ ਬੋਲੀ ਜਾਓ ਕਿਤੇ ਨਾ ਕਿਤੇ ਤੱਕ 10 ਸਾਲ ਆਪਣੇ ਖਿਲਾਫ਼ ਲੱਗੇ ਰਹੇ, ਇਸ ਕਰਕੇ ਆਪਾਂ ਨੂੰ ਬਦਨਾਮ ਕੀਤਾ। ਅੱਜ ਤੱਕ ਕਿਸੇ ਮੈਂ ਤਾਂ ਸਰਕਾਰ ਨੂੰ ਕਿਹਾ ਸੀ
ਅਸੈਂਬਲੀ ਵੀ ਕਿਹਾ ਸੀ, ਮੈਂ ਕਿਹਾ ਤੁਹਾਡੇ ਕੋਲ ਹੁਣ ਪੁਲਿਸ ਹੈ, ਤੁਹਾਡੇ ਕੋਲ ਸਾਰਾ ਕੁਛ ਹੈ, ਮੈਨੂੰ ਦੱਸੋ ਕਿਹੜਾ ਅਕਾਲੀ ਨਸ਼ੇ ਕਰਦਾ ਕਰਵਾਉਂਦਾ ਸੀ, ਤੇ ਤੁਸੀਂ ਹੁਣ ਤਾਂ ਤੁਹਾਡੇ ਕੋਲ ਹੁਣ ਤਾਂ ਫੜ ਕੇ ਕਰੋ, ਹੁਣ ਤਾਂ ਨਹੀਂ ਕਹਿ ਸਕਦੇ ਸਾਡੀ ਸਰਕਾਰ ਨੇ, ਹੁਣ ਤਾਂ ਤੁਹਾਡੀ ਸਰਕਾਰ, ਤੁਹਾਡੀ ਪੁਲਿਸ ਹੈ, ਤੁਹਾਡੇ ਕੋਲ ਸਾਰਾ ਕੁਛ ਹੈ, ਐਵੇਂ ਝੂਠ ਬੋਲਦੇ। ਇਸ ਕਰਕੇ ਮੈਂ ਸਾਰੇ ਵਰਕਰਾਂ ਨੂੰ ਬੇਨਤੀ ਕਰਦਾ, ਤਕੜੇ ਲਓ, ਆਹ ਤਾਂ ਟੈਂਪਰੇਰੀ ਫੇਸ ਹੈ, ਥੋੜਾ ਬ੍ਰੇਕ ਵੀ ਚਾਹੀਦਾ ਹੁੰਦਾ, ਹੁਣ ਵਧੀਆ ਰਗੜਾ ਤਾਂ ਬਾਹਰ ਵੀ ਜਾ ਜਾਂਦੇ ਅਗਲਾ।